ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਵੀਂ ਸਵੇਰ ਦਾ ਨਵਾਂ ਸੁਨੇਹਾ। ਚੜ੍ਹਦੀ ਕਲਾ 'ਚ ਰਹੋ, ਮਸਤ ਰਹੋ, ਖੁਸ਼ ਰਹੋ, ਖਿੜੇ ਖਿੜੇ ਰਹੋ, ਕਾਇਮ ਰਹੋ, ਆਪਣਾ ਉਤਸ਼ਾਹ ਨਾ ਮਰਨ ਦਿਓ। ਕੁਛ ਨਾ ਕੁਛ ਨਵਾਂ ਕਰਦੇ ਰਹੀਏ। ਜਿਹੜਾ ਜਦੋਂ ਨਵਾਂ ਜਿਸ ਦਿਨ ਕਰਨਾ ਹੁੰਦਾ ਉਸ ਦਿਨ ਨਾ ਬਹੁਤ ਚਾਅ ਹੁੰਦਾ। ਤੁਸੀਂ ਜਿੱਥੇ ਰੋਜ਼ ਜਾਂਦੇ ਹੋ ਉਦਨ ਐਕਸਾਈਟਮੈਂਟ ਘੱਟ ਹੁੰਦੀ ਹੈ। ਜਿੱਦਣ ਤੁਸੀਂ ਨਵੇਂ ਥਾਂ 'ਤੇ ਜਾਣਾ ਹੋਵੇ ਐਕਸਾਈਟਮੈਂਟ ਜ਼ਿਆਦਾ ਹੁੰਦੀ ਹੈ। ਜਿਹੜੀ ਚੀਜ਼ ਰੋਜ਼ ਖਾ ਰਹੇ ਹੋਈਏ ਉਹਦੇ 'ਚ ਐਕਸਾਈਟਮੈਂਟ ਘੱਟ ਹੁੰਦੀ ਹੈ। ਜਿਹੜੀ ਚੀਜ਼ ਨਵੀਂ ਬਣਾਈ ਹੋਵੇ ਉਹਦੇ 'ਚ ਐਕਸਾਈਟਮੈਂਟ ਜ਼ਿਆਦਾ ਹੁੰਦੀ ਹੈ। ਵੇਖਿਓ ਤਜਰਬਾ ਕਰਕੇ। ਘੁੰਮਣ ਜਾਣਾ, ਤੁਸੀਂ ਸ਼ਹਿਰ ਗਏ ਹੋ, ਇੱਕ ਢਾਬੇ ਤੋਂ ਇੱਕ ਰੈਸਟੋਰੈਂਟ ਤੋਂ ਰੋਟੀ ਇੱਕ ਵਾਰ ਵੀ ਖਾਧੀ ਹੈ, ਦੋ ਵਾਰ ਖਾਧੀ ਹੈ, ਚਾਰ ਵਾਰ ਖਾਧੀ ਹੈ, ਐਤਕੀ ਤੁਹਾਨੂੰ ਦੱਸਿਆ ਕਿਸੇ ਨੇ ਨਵਾਂ ਢਾਬਾ ਨਵਾਂ ਰੈਸਟੋਰੈਂਟ ਹੈ, ਟਰਾਈ ਕਰਨੀ ਹੈ, ਉੱਥੇ ਨਵਾਂ ਬਣਿਆ, ਉਦਨ ਐਕਸਾਈਟਮੈਂਟ ਜ਼ਿਆਦਾ ਨਵੇਂ ਥਾਂ 'ਤੇ। ਜਿੱਦਣ ਕੋਈ ਨਵੀਂ ਚੀਜ਼ ਟੇਸਟ ਕਰਨ ਨੂੰ ਮਿਲਦੀ ਹੈ ਵੀ ਆਹ ਮੈਕਸੀਕਨ ਫੂਡ ਹੈ, ਆਹ ਡਿਫਰੈਂਟ ਟੇਸਟ ਹੈ ਇਹਦਾ, ਆਪਾਂ ਫਿਰ ਉਹ ਟਰਾਈ ਕਰਦੇ ਹਾਂ ਵੀ ਅੱਛਾ ਵੱਖਰਾ ਟੇਸਟ ਕੀ ਹੈ ਇਹਦੇ 'ਚ। ਜਦੋਂ ਕੋਈ ਤੁਹਾਨੂੰ ਕਹਿੰਦਾ ਵੀ ਆਹ ਇੱਕ ਡਰਿੰਕ ਹੈ ਔਰ ਇਹਦਾ ਡਿਫਰੈਂਟ ਟੇਸਟ ਹੈ, ਵੱਖਰਾ ਜਿਹਾ ਟੇਸਟ ਆਉਂਦਾ, ਵੱਖਰਾ ਜਿਹਾ, ਆਪਾਂ ਟਰਾਈ ਕਰਨ ਦਾ ਯਤਨ ਕਰਦੇ ਹਾਂ, ਡਿਫਰੈਂਟ ਵੱਖਰਾ, ਅੱਛਾ ਲਿਓ ਵੇਖੀਏ ਟੇਸਟ ਕਰੀਏ, ਵੱਖਰੀ ਡਿਸ਼, ਅੱਛਾ ਅੱਛਾ ਲਿਆਓ ਵੇਖੀਏ। ਮੈਨੂੰ ਯਾਦ ਹੈ ਮੈਂ ਬਹੁਤ ਜਗ੍ਹਾ ਦੁਨੀਆ ਵੇਖੀ ਹੈ, ਘੁੰਮਣ ਗਿਆ। ਜਿਹੜਾ ਸ਼ਹਿਰ ਮੈਂ ਪਹਿਲਾਂ ਵੇਖਿਆ, ਪਿਛਲੇ ਸਾਲ ਵੀ ਗਏ ਸੀ, ਦੂਸਰੇ ਸਾਲ ਵੀ ਗਏ ਸੀ, ਠੀਕ ਹੈ ਵੇਖਿਆ। ਜਦੋਂ ਕੋਈ ਕਹਿੰਦਾ ਨਾ ਕਿ ਐਜਕੀ ਨਵੇਂ ਥਾਂ 'ਤੇ ਚੱਲਾਂ ਕੇ ਇੱਕ ਨਵੀਂ ਜਗ੍ਹਾ ਲੱਭੀ ਹੈ, ਅੱਛਾ ਮੈਂ ਇੱਦਾਂ ਕਰਦਾ ਹੁੰਦਾ, ਵਾਹ ਨਵੇਂ ਥਾਂ 'ਤੇ, ਐਕਸਾਈਟਮੈਂਟ ਐਂ ਹੋ ਜਾਂਦੀ ਹੈ। ਜੇ ਕੋਈ ਕਹੇ ਚੈਲ ਚੱਲੇ ਹਾਂ ਦੁਬਾਰਾ, ਉਹ ਤਾਂ ਬਹੁਤ ਵਾਰ ਗਏ ਆ, ਸ਼ਿਮਲੇ ਉਹ ਉੱਥੇ ਅੱਛਾ ਗਏ ਆ, ਦਿੱਲੀ ਉੱਥੇ ਉਹ 20 ਵਾਰ ਵੇਖਿਆ ਹੋਟਲ। ਪਰ ਜਦੋਂ ਕੋਈ ਕਹਿੰਦਾ ਨਾ ਵੀ ਐਤਕੀ ਫਲਾਣਾ ਸ਼ਹਿਰ ਹੈ ਅਤੇ ਨਵਾਂ, ਹੋ ਵੇਖ ਕੇ ਆਵਾਂਗੇ। ਸਾਡੇ ਸ਼ਹਿਰਾਂ ਵਰਗੀ ਸ਼ਹਿਰ ਨੇ, ਅਹਿਮਦਾਬਾਦ ਹੋ ਗਿਆ, ਗੁਜਰਾਤ ਹੋ ਗਿਆ, ਉੱਧਰ ਅਹਿਮਦਾਬਾਦ ਗੁਜਰਾਤ ਵਿੱਚ ਮੰਨ ਲਓ ਕੋਈ ਕਵੇ ਲਖਨਊ ਜਾਣਾ, ਅੱਛਾ ਹੁਣ ਲਖਨਊ ਵਾਲਿਆਂ ਨੂੰ ਕਹੋ ਪਟਿਆਲੇ ਜਾਣਾ, ਅੱਛਾ ਕਿਉਂਕਿ ਪਟਿਆਲਾ ਉਹਨਾਂ ਲਈ ਨਵਾਂ, ਲਖਨਊ ਸਾਡੇ ਲਈ ਨਵਾਂ, ਲਖਨਊ ਵਾਲਿਆਂ ਲਈ ਲਖਨਊ ਨਵਾਂ ਨਹੀਂ ਹੈ, ਪਟਿਆਲੇ ਵਾਲਿਆਂ ਲਈ ਪਟਿਆਲਾ ਨਵਾਂ ਨਹੀਂ ਹੈ। ਐਕਸਾਈਟਮੈਂਟ ਕਦੋਂ ਹੁੰਦੀ ਹੈ? ਜਦੋਂ ਨਵਾਂ ਵੇਖਣਾ ਹੋਵੇ, ਵੱਖਰਾ ਵੇਖਣਾ ਹੋਵੇ, ਫਿਰ ਐਕਸਾਈਟਮੈਂਟ ਹੁੰਦੀ ਹੈ, ਅੱਛਾ ਨਵਾਂ ਵੇਖਾਂਗੇ। ਜਦੋਂ ਨਵਾਂ ਹੋਵੇ ਤਾਂ ਊਰਜਾ ਤੁਹਾਡੀ ਡਬਲ ਹੋ ਜਾਂਦੀ ਹੈ, ਇੱਦਾਂ ਹੋ ਜਾਂਦੇ ਵੀ ਅੱਛਾ ਬੰਦਾ ਉਹਨਾਂ ਰਾਹਾਂ ਨੂੰ ਵੀ ਐਂ ਵੇਖਦਾ ਰਹਿੰਦਾ, ਸੜਕ ਨਵੀਂ ਹੈ, ਰਸਤਾ ਨਵਾਂ ਹੈ, ਬ੍ਰੇਨ ਹੈ ਨਾ ਜਿਹੜਾ ਬੜਾ ਖੁਸ਼ ਹੋ ਜਾਂਦਾ, ਕਿਉਂਕਿ ਉਹਦੇ ਲਈ ਨਵਾਂ ਸਿੱਖਣ ਨੂੰ ਮਿਲ ਰਿਹਾ ਨਾ। ਜਿਹੜਾ ਰੋਜ਼ ਰੋਜ਼ ਸੀ ਪੁਰਾਣਾ ਸੀ ਉਹ ਤਾਂ ਉਹਨੇ ਵੇਖਿਆ ਹੀ ਹੋਇਆ, ਬ੍ਰੇਨ ਨੂੰ ਪਤਾ ਹੀ ਹੈ ਵੀ ਹੁਣ ਇੱਧਰ ਮੋੜ ਮੁੜਨਾ, ਇੱਕ ਪਹਾੜੀ ਆਏਗੀ, ਇੱਕ ਇੱਦਾਂ ਰਸਤਾ ਆਏਗਾ, ਉਹਦੇ ਲਈ ਕੋਈ ਐਕਸਾਈਟਮੈਂਟ ਨਹੀਂ। ਬ੍ਰੇਨ ਵਾਸਤੇ ਅੱਖਾਂ ਜਦੋਂ ਵੇਖਦੀਆਂ ਨੇ ਤਾਂ ਬ੍ਰੇਨ ਇੱਕਦਮ ਐਕਟਿਵ ਹੋਇਆ ਹੁੰਦਾ, ਕਿਉਂਕਿ ਉਹ ਨਵਾਂ ਪੜ੍ਹ ਰਿਹਾ ਹੁੰਦਾ, ਲਰਨ ਕਰ ਰਿਹਾ ਹੁੰਦਾ, ਨਵਾਂ ਸਿੱਖ ਰਿਹਾ ਹੁੰਦਾ, ਬੜਾ ਇੰਟਰਸਟ ਹੁੰਦਾ ਫਿਰ ਉਹਦੇ 'ਚ, ਇੱਦਾਂ ਐਕਸਾਈਟਮੈਂਟ ਹੁੰਦੀ ਹੈ, ਚਮਕ ਹੁੰਦੀ ਹੈ ਅੱਖਾਂ 'ਚ ਵੀ ਅੱਜ ਨਵਾਂ ਸ਼ਹਿਰ ਵੇਖਾਂਗੇ, ਨਵੀਆਂ ਸੜਕਾਂ ਵੇਖਾਂਗੇ। ਮੈਨੂੰ ਤਾਂ ਬਹੁਤ ਹੁੰਦੀ ਹੈ, ਸਭ ਨੂੰ ਹੀ ਹੁੰਦੀ ਹੋਏਗੀ, ਨਵੀਂ ਥਾਂ 'ਤੇ ਜਾਵਾਂਗੇ, ਇੱਕ ਨਵੀਂ ਚੀਜ਼ ਟਰਾਈ ਕਰਾਂਗੇ। ਅਤੇ ਇਹ ਮੈਂ ਤੁਹਾਨੂੰ ਅੱਗੇ ਵੀ ਕਿੰਨੀ ਵਾਰੀ ਕਿਹਾ ਵੀ ਹਮੇਸ਼ਾ ਊਰਜਾ ਵਿੱਚ ਕਿਵੇਂ ਰਹੀਏ, ਬਸ ਸੌਖਾ ਤਰੀਕਾ ਹੈ, ਕੁਛ ਨਵਾਂ ਨਵਾਂ ਕਰਦੇ ਰਹੀਏ। ਨਵੀਂ ਕਿਤਾਬ, ਅੱਛਾ ਇਹ ਕਿਤਾਬ ਪੜ੍ਹ ਲਈ, ਲਓ ਹੁਣ ਤੁਹਾਨੂੰ ਦੁਬਾਰਾ ਫਿਰ ਉਹੀ ਕਿਤਾਬ ਪੜ੍ਹਨ ਨੂੰ ਦੇ ਦਿੰਦੇ ਹਾਂ, ਤੁਸੀਂ ਤਾਂ ਯਾਰ ਪੜ੍ਹ ਲਿਆ ਚੈਪਟਰ, ਹੁਣ ਐਕਸਾਈਟਮੈਂਟ ਕਿੱਥੇ ਹੈ? ਇੱਕ ਮੂਵੀ ਤੁਸੀਂ ਵੇਖੀ ਹੈ, ਮੰਨ ਕੇ ਚੱਲੋ ਦਲਜੀਤ ਦੀ ਕੋਈ ਮੂਵੀ ਆਈ ਹੈ, ਐਮੀ ਵਿਰਕ ਦੀ ਆਈ ਹੈ, ਤੁਸੀਂ ਮੂਵੀ ਅਜੇ ਪਿਛਲੇ ਹਫ਼ਤੇ ਵੇਖੀ ਹੈ, ਐਦਕੀ ਤੁਹਾਨੂੰ ਪਰਿਵਾਰ ਨਾਲ ਫਿਰ ਵੇਖਣੀ ਪਵੇ, ਵੇਖੀ ਸੀ ਯਾਰ, ਤੁਹਾਨੂੰ ਇਕੱਲੇ ਇਕੱਲੇ ਸੀਨ ਦਾ ਪਹਿਲਾਂ ਹੀ ਪਤਾ, ਪਹਿਲਾਂ ਵਾਲੀ ਐਕਸਾਈਟਮੈਂਟ ਨਹੀਂ ਰਹਿੰਦੀ। ਹਾਂ ਕਈ ਮੂਵੀਆਂ ਅਸੀਂ ਦੁਬਾਰਾ ਦੇਖ ਲੈਂਦੇ ਹਾਂ, ਉਦੋਂ ਜ਼ਿਆਦਾ ਨਜ਼ਾਰਾ ਜਦੋਂ ਸਟੋਰੀ ਭੁੱਲ ਗਈ ਹੋਵੇ, ਚੇਤਾ ਭੁੱਲ ਗਿਆ ਹੋਵੇ ਸਟੋਰੀ ਦਾ ਵੀ ਕੀ ਸੀ, 4-5 ਸਾਲ ਪਹਿਲਾਂ ਵੇਖੀ ਸੀ ਭੁੱਲ ਗਿਆ। ਪਰ ਐਕਸਾਈਟਮੈਂਟ ਨਵੀਂ ਚੀਜ਼ ਦੀ ਹੈ, ਨਵਾਂ ਆਇਆ, ਨਵਾਂ ਵੇਖਾਂਗੇ, ਨਵਾਂ ਬ੍ਰੇਨ ਐਕਸਾਈਟਡ ਹੁੰਦਾ। ਅਤੇ ਜਦੋਂ ਤੁਸੀਂ ਨਵਾਂ ਕਰਨਾ ਛੱਡ ਦਿੱਤਾ ਨਾ, ਤੁਹਾਡੀ ਐਕਸਾਈਟਮੈਂਟ ਮਰ ਚੁੱਕੀ ਹੈ, ਬੰਦੇ ਬੁਝੇ ਹੋਏ ਹੈ,
बिल्कुल ही बुझे पे। तुसीं बाबिआं नूं वेखो, मैं देखदा हुंदा कदों दी इक धारना, वड्डे पढ़दे सी, फिर दूजे बाबा जी पढ़दे सी, फिर तीजे सी, हुण इह पढ़दे ने, इह वी बुढ़े हो चले, उही शुरू वाली, उही एंड वाली, उही 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 एक्साइटमेंट ही मरी पई है। साज वजाउण वाले टिप्पड़ 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 करी जांदे, ऐं लगदा हुंदा वी इह मरन वाला ही है बस। बाबा भी ऐ ते उह वजाउण वाला भी इदां ही वी, इह हुण बस खत्म कहानी इहनां दी। पर ऊर्जा कदों आउंदी है, जदों नवीं चीज़ बनानी, नवां शब्द, नवीं धारना, नवां हथ, नवीं ढोलकी, नवां स्टाइल, फिर एक्साइटमेंट रहिंदी है। मैं अपनी जिंदगी दे विच बहुत कीर्तन भी करना ना जदों, ते नवां नवां धारना पढ़नी है, नवीं नवीं, उदों बड़ी एक्साइटमेंट रहिंदी सी। हुण आ गल कदे ना कदे कोई ना कोई टिप क्लिक करदी है जदों, ते मेरे च चमक हुंदी। तुसीं साडे दवार सुनो, 24 साल दे नैट ते पए है, लभ 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 के सुनियो, तुहानूं नवीं नवीं धारना हर 2 महीनिआं बाद, हर महीने बाद, हर दवान मंथली मंथली दवान ही सुनो। पिछले 10 साल दे MP चैनल ते वेखियो, होर 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 कुछ ना कुछ नवा। एक दवान विच 5-7 गल्लां डिफरेंट डिफरेंट नवीआं आ, रोज़ क्लिप नवा, रोज़ नवा, रोज़ नवा, रोज़ नवा। तो मेरी एक्साइटमेंट दसो किवें मार दोगे तुसी, मेरी जिंदगी नूं किवें खत्म कर दोगे। मैं तो हमेशा ही ऊर्जा नाल भरिया रहूँगा क्योंकि मैं नवा करांगा। जदों नवीं साखी, नवीं कोई गल, नवीं कोई चीज़ लियानी है तो तुहाडे च चमक आप ही रहनी है। मरिया कौन हुंदा जिहदा जिहदे च नवा कुछ खत्म हो गया। हुण नवा साह आ रहा तां ही जाण है, पुराना नहीं, नवा आ नवा है, जिहड़ा बाहर आया ये तो पुराना है। आ नवा साह है मेरा, नवी ऊर्जा, नवी गल, नवी ऊर्जा, नवी गल, नवी ऊर्जा, नवा। तो बुझे कौन ने जिन्हां ने करना कुछ छड्ड दिता। तां ही मैं कहिंदा बीबीओ कुछ नवा यूट्यूब तो लभ के ट्राई करो, खा सब्जी बनाउण दी, उह सब्जी बनाओ जिहड़ी तुसीं कदे नहीं बनाई है। आलू ही नहीं, आलूआं दे कई कुछ बन जांदा है, नवां बन वी मैश करना है। आलू नूं मैश करके विच थोड़ी जी चीज़ पा के विच आ पा के आलू ए आलू भरमें बना के वेखीए। सारी जिंदगी आलू तरी वाले तां बनाए ने, सुके ते बनाए ने, आलू भरमें बना के वेखीए। नवीं चीज़ लियाऊंगियां, एक्साइटमेंट वज जाएगी, थाली च परोसोगियां, खाण वाले नूं वी तुहानूं वी। पनीर दी डिफरेंट मैं रैसिपी लियांदी, मैं आ नवीं चीज़ बनाई है, उहदे नाल तुहाडे च एक्साइटमेंट भर जाएगी, ऊर्जा भर जाएगी। जिद्दण तुसीं कुछ नवा करना है, कमाल हो जाणी। ऐतकी दर्जी नवा लभिया टेलर, आहा नवें तरीके दा कपड़ा मैं पा के वेखणा, इह मैं नवें तरीके नाल सवाउणा इस वारी सूट, वेखिओ फिर एक्साइटमेंट बणदी। बुझे हुए पुराण जिवें नवा कपड़ा पाउंदे हो, वेखो पुराना कपड़ा जिहड़ा 4 बार पाया उहदा ते नवें दा एक्साइटमेंट नहीं हुंदी जदों नवां पा के बाहर निकलदे हो। नवें विचार जदों लै के आउंदे हो, नवीं कोई गल लै के आउंदे हो, एक्साइटमेंट हुंदी है। ब्रेन नूं ना जदों नवां कुछ मिलदा सोचण नूं, समझण नूं, उदों इह बहुत एक्साइटड हुंदा। नवां 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 उदों बहुत एक्साइटमेंट नाल भरिया होया हुंदा, नवीं गल सोच रिहा, आ नवां पंगा पिया मेरे नाल, इदां नवां पंगा पिया यार, आ तो नवा ही है मेरे लिए बिपता छिड़की। पर वो बिपता नूं लभदा मेरा दिमाग खुश हो जाता भी नवी बिपता है, नवा पंगा है, नवी उलझण है, यदा हुण हल करांगे। नज़ारा ही फिर बनिया हुंदा, नवीं नवीं बिपता, नवें नवें हल ब्रेन फिर कढेगा। एक्साइटमेंट क्यों मरी पई है, साडी ऊर्जा खत्म क्यों है, पुराना बेहा बेहा मुश्क मारदा होया, स्मैल दा भरिया होया, ਉਹੀ ਥੋਟ ਉਹੀ ਥੋਟ ਉਹੀ ਥੋਟ। ਦਾਦੇ ਤੋਂ ਵੀ ਉਹੀ ਸੁਣੀ ਜਾਂਦੇ ਸੀ, ਅੱਗੇ ਵੀ ਅੱਗੇ ਅੱਗੇ, ਬਾਬਾ 500 ਵਾਰੀ ਉਹੀ ਗੱਲ ਕਰ ਹਟਿਆ। ਬੁਝਿਆ ਪਿਆ, ਚੇਲੇ ਵੀ ਬੁਝੇ ਪਏ ਨੇ, ਮਰੇ ਪਏ ਨੇ, ਥੱਲੇ ਨੂੰ ਸਿਰ ਵੜੀ ਜਾਂਦੇ ਨੇ, ਧਰਤੀ 'ਚ ਹੀ ਵੜੀ ਜਾਂਦੇ ਨੇ, ਕਿਉਂਕਿ ਨਵਾਂ ਕੁਝ ਹੈ ਨਹੀਂ। ਨਵਾਂ ਲਿਆਓ, ਐਕਸਾਈਟਮੈਂਟ ਨਾਲ ਹੀ ਆ ਜਾਏਗੀ, ਊਰਜਾ ਨਾਲ ਹੀ ਆ ਜਾਏਗੀ, ਪੋਜ਼ਿਟਿਵਿਟੀ ਨਾਲ ਹੀ ਆ ਜਾਏਗੀ, ਪੂਰੇ ਕਾਇਮ ਹੋ ਜਾਓਗੇ। ਇਸ ਕਰਕੇ ਕਾਇਮ ਰਹੋ, ਰਾਜ਼ੀ ਰਹੋ, ਅਤੇ ਕਾਇਮ ਕਿੱਦਾਂ ਰਹਾਂਗੇ, ਨਵਾਂ ਕਰਕੇ। ਹੁਣ ਨਵਾਂ ਨਵਾਂ ਐਕਸਪੀਰੀਅੰਸ ਕਰਨਾ, ਨਵਾਂ ਤਜਰਬਾ ਕਰਨਾ, ਕੁਛ ਨਾ ਕੁਛ ਨਵਾਂ ਜ਼ਰੂਰ ਕਰਨਾ। ਬੱਚੇ ਨੂੰ 8ਵੀਂ ਪਾਸ ਕਰਕੇ ਫਿਰ 8ਵੀਂ 'ਚ ਪਾ ਦਿਓ, ਊਰਜਾ ਖਤਮ ਹੋ ਜਾਏਗੀ, ਐਕਸਾਈਟਮੈਂਟ ਮਰ ਜਾਏਗੀ ਜਦੋਂ ਪੁਰਾਣਾ 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 ਪੁਰਾਣਾ। ਨਵਾਂ ਕੁਛ ਕਰੋ, ਇਹਦੇ ਲਈ ਫਿਰ ਬਹੁਤ ਜ਼ਰੂਰੀ ਹੈ ਤਜਰਬੇ ਲੈ ਕੇ ਕੁਛ ਨਵਾਂ ਕਰੋ।
हुण अज ही बीबियां मेरी गल सुन के कहण मैं लगी हाँ नवीं सब्जी बनाउण, भिंडियां बनावांगी तरी वालियां, फिर तां बेड़ा बह जाणा। एक्सपीरियंस लैके तजर्बा करके चंगी तरह सीख के नवां तजर्बा करो। गलतियां भी करांगे, अगली वारी ठीक हो जाएगा, दूजी वारी ना बनी तीजी वारी बना देंगे, वट कढ देंगे, नवां करांगे। वाहिगुरू जी का खालसा, वाहिगुरू जी की फतेह।